ਖਾ ਪਿਓ, ਆਪਾਂ ਬਰਸੀਨ ਵਾਲਾ ਥਾਂ ਬਾਹ ਰਹੇ ਹਾਂ, ਤਾਂ ਮੱਕੀ ਖੜੀ ਆਪਣੀ ਜਾਊਗਾ। ਇਹ ਇਹ ਟਰੈਕਟਰ ਨੇ ਜ਼ੋਰ ਦਿਖਾਇਆ, ਤੁਸੀਂ ਕਲੱਚ ਛੱਡੇ, ਟਰੈਕਟਰ ਦੀ ਮਿਹਰਬਾਨੀ ਹੈ ਵੀ ਜਿਹੜਾ ਅਸੀਂ ਤੋੜਤਾ ਹੁਣ ਨਵਾਂ ਲੈ ਕੇ ਆਇਆ, ਅੰਦਰ ਵਾਲਾ ਉਹ ਦਿਖਾ, ਕਰੋਸ ਦਿਖਾ, ਕਰੋਸ ਵੀ ਨਵਾਂ, ਕਰੋਸ ਵੀ ਨਵਾਂ ਪਊਗਾ ਵਾਲਾ। ਆਹ ਕੁੱਪ ਵਧੀਆ, ਇੱਥੇ 4.5 ਟਰਾਲੀਆਂ ਪੈ ਗਈਆਂ, ਇਹਦਾ ਫਾਇਦਾ ਰਹਿੰਦਾ ਹੈ ਨਾ, ਕਿੰਨਾ ਨਜ਼ਾਰਾ ਵਧੀਆ ਵੀ ਲੱਗ ਰਿਹਾ, ਨਾਲੇ ਸੋਹਣਾ ਵੀ ਲੱਗ ਰਿਹਾ ਲੱਗਿਆ ਹੋਇਆ। ਛਤਰੀ ਤੋਂ ਕਿਵੇਂ ਦਾ ਫੀਲ ਹੋ ਰਿਹਾ? ਆਮ ਵਧੀਆ ਫੀਲ ਹੋ ਰਿਹਾ, ਕੋਈ ਚੱਕਰ ਨਹੀਂ, ਹਵਾ ਫੁੱਲ ਪੈਂਦੀ ਆ, ਹਵਾ ਫੁੱਲ ਹਵਾ। ਆਓ ਜੀ ਬਾਬਿਓ, ਆਪਾਂ ਪਹੁੰਚ ਗਏ, ਇੱਧਰ ਆਪਣਾ ਸਮਾਨ ਵੀ ਰੈਡੀ ਹੋ ਚੁੱਕਿਆ। ਕਹਿੰਦੇ ਨੈਵਰ ਅੰਡਰ ਐਸਟੀਮੇਟ ਐ ਫਾਰਮਰ ਔਨ ਵਿਦ ਏ ਟਰੈਕਟਰ। ਲਓ ਜੀ ਬਾਬਿਓ, ਆਪਣੀ ਡਾਊਨ ਸੀਲਿੰਗ ਹੋ ਚੁੱਕੀ ਆ ਫੈਕਟਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਨਵੀਂ ਵੀਡੀਓ ਅਤੇ ਨਵੇਂ ਬਲੌਗ 'ਚ ਬਹੁਤ ਬਹੁਤ ਸਵਾਗਤ ਹੈ। ਸੋ ਸਵੇਰ ਦੀ ਤੁਸੀਂ ਚੱਲ ਰਹੀ ਹੈ ਜੀ, ਮਾਰੋ ਮਾਰ ਕੰਮ ਚੱਲ ਰਿਹਾ। ਇੱਧਰ ਲਵਲੀ ਬਾਈ ਜੀ ਕਹਿੰਦੇ ਅੱਤ ਕਰਾਉਣੋਂ ਹਟੇ ਨਹੀਂ ਰਹੇ, ਕਹਿੰਦਾ ਮੈਂ ਕਿਹਾ ਛਤਰੀ ਲਾ ਲਾ, ਨਹੀਂ ਅਸੀਂ ਜਾਊਂ ਕਹਿੰਦਾ। ਤਾਂ ਕੰਮ ਪੂਰਾ ਜ਼ੋਰਾਂ ਸ਼ੋਰਾਂ 'ਤੇ ਹੈ, ਮੈਂ ਚਲਾ ਰਿਹਾ ਜਿਸ ਮਸ਼ੀਨ ਬਣਾਇਆ ਥੱਲੇ, ਅਤੇ ਬਾਅਦ ਜੀ ਲਵਲੀ ਬਾਈ ਜੀ ਕਹਿੰਦੇ ਮੈਂ ਛਤਰੀ ਨਹੀਂ ਲਾਉਂਦਾ, ਬਾਕੀ ਆਪਾਂ ਰਿਵਿਊ ਲੈਂਦੇ ਹਾਂ, ਅੱਜ ਲੱਗ ਜਾਣੀ ਛਤਰੀ ਨੂੰ, ਅੱਜ ਤੋਂ ਬਾਅਦ ਆਪਾਂ ਛਤਰੀ ਲੈ। ਹੈਂ ਆਪਣੀ ਗੱਡੀ ਨਹੀਂ ਹੈਗੀ ਉੱਧਰ, ਆਪਣੇ ਕੋਲ ਤਾਂ ਸਵਿਫਟ ਆ, ਉਹ ਡਿਜ਼ਾਇਰ ਹੈਗੀ। ਛਤਰੀ ਤੋਂ ਕਿਵੇਂ ਦਾ ਫੀਲ ਹੋ ਰਿਹਾ? ਆਮ ਵਧੀਆ ਫੀਲ ਹੋ ਰਿਹਾ, ਕੋਈ ਚੱਕਰ ਨਹੀਂ, ਹਵਾ ਫੁੱਲ ਪੈਂਦੀ ਆ, ਹਵਾ ਫੁੱਲ ਹਵਾ ਹਵਾ ਕਰਕੇ ਤਾਂ ਖੋਲੀ ਆ। ਹਾਂਜੀ ਚੱਕ ਦੋ ਕੰਮ ਯਾਰ, ਆ ਪਿਛਲੇ ਬਲੌਗ ਜੋਰੋ ਨਾ ਟਰਾਲੀ, ਜੋਰੋ ਨਾ ਲਵਲੀ ਬਾਈ। ਮੈਂ ਅਸਲ ਦੇ ਵਿੱਚ ਵੀਡੀਓ ਤਾਂ ਉਰੇ ਬਣਾਉਣ ਲੱਗਿਆ, ਤੁਹਾਨੂੰ ਕੁੱਪ ਦਿਖਾਉਣਾ ਮੈਂ, ਵੈਸੇ ਤਾਂ ਚਲੋ ਪਤਾ ਹੀ ਹੋਣਾ, ਜਿੱਥੇ ਨਹੀਂ ਪਤਾ ਵੀ ਦੱਸ ਦਿੰਦੇ ਹਾਂ। ਇਹ 2000 ਰੁਪਈਏ ਦਾ ਕੁੱਪਾ ਬਾਬਿਓ, ਤਰਪਾਲ ਦਾ ਬਣਿਆ ਹੋਇਆ, 1500 ਦਾ ਵੀ ਆਉਂਦਾ, 2000 ਦਾ ਵੀ ਆਉਂਦਾ, ਬਸ ਐਂ ਇਹਨੂੰ ਭਰੀ ਜਾਣਾ। ਇੱਥੇ 4 ਤੋਂ 5 ਟਰਾਲੀਆਂ ਪੈ ਜਾਂਦੀਆਂ। ਹਾਂ ਬਾਬੇ ਬੋਲੀਏਗਾ, ਲਵਲੀ ਮਸ਼ੀਨ 'ਚ ਪਾ ਫਿਰ ਵਾ, ਦੇਖੋ ਕੁੱਪਾ ਦਿਖਾਉਣਾ ਉਹਨੂੰ, ਕੁੱਪਾ ਬਸ ਨੇ ਤੋਂਦੇ ਤੋਂਦੇ ਉੱਪਰ ਨੂੰ ਜਾਈ ਜਾਣਾ ਬੰਦਿਆਂ ਨੇ। ਪਹਿਲਾਂ ਟਰਾਲੀ ਖਾਲੀ ਕਰ ਦਿਆ ਕਰੋ ਮੇਰਾ ਵੀਰ, ਉੱਥੇ ਮਸ਼ੀਨ ਖੜ ਜਾਂਦੀ ਆ, ਹੋਰ ਕੋਈ ਦਿੱਕਤ ਨਹੀਂ। ਆਓ ਜੀ ਲਵਲੀ ਜੀ, ਕਿਆ ਤੋੜਤਾ ਟਰੈਕਟਰ ਨੇ? ਓ ਭਾਜੀ ਕਰੋਸ 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 ਇਹ ਤੋੜਤਾ ਫੱਟੂਆਂ ਨੇ, ਦੇਖੋ ਲੋਕ ਕਹਿੰਦੇ ਆ ਬੈਲਟਾਂ ਘੁਮਾਤੀਆਂ, ਇਹ ਕਰਦੇ ਸਾਡੇ ਤਾਂ ਕਰੋਸ ਇਹ ਤੋੜਤਾ ਯਾਰ, ਇੰਨੀ ਮੋਟਰਸਾਈਕਲ ਟੁੱਟ ਕਿਵੇਂ ਗਿਆ? ਦੇਖ ਤਾਂ ਸਹੀ ਸਾਲਾ, ਜਾਨ ਬਹੁਤ ਆ ਟਰੈਕਟਰ, ਸੜਦਾ ਕਿਤੇ ਸੜਦਾ, ਪਿਛਲਾ ਵੀ ਤੇਰਿਆ ਹੋਇਆ ਹੈ, ਪਿਛਲਾ ਵੀ ਤੇਰਿਆ ਹੋਇਆ, ਪਰ ਉਹ ਸਿੱਧਾ ਚੱਲਦਾ ਜਾਊਗਾ। ਇਹ ਇਹ ਟਰੈਕਟਰ ਨੇ ਜ਼ੋਰ ਦਿਖਾਇਆ, ਤੁਸੀਂ ਕਲੱਚ ਛੱਡੇ,
ਟਰੈਕਟਰ ਦੀ ਮਿਹਰਬਾਨੀ ਹੈ ਜਿਹੜਾ ਅਸੀਂ ਤੋੜਤਾ ਹੁਣ ਨਵਾਂ ਲੈ ਕੇ ਆਇਆ ਅੰਦਰ ਵਾਲਾ ਉਹ ਦਿਖਾ ਕਰੋਸ ਦਿਖਾ ਕਰੋਸ ਵੀ ਨਵਾਂ ਕਰੋਸ ਵੀ ਨਵਾਂ ਹੋਊਗਾ ਵਾਲਾ ਇਹ ਤਾਂ ਇਹਨਾਂ ਨੇ ਪਾਉਣਗੇ ਯਾਰ ਪਊਗਾ ਕਿਵੇਂ ਇਹ ਮੈਨੂੰ ਤਾਂ ਨਹੀਂ ਸਮਝ ਆਉਂਦੀ ਉਹ ਇਹਨੂੰ ਕੱਟ ਪੈ ਕੇ ਇਹਨੂੰ ਐਂ ਕੱਟਣਾ ਪੈਂਦਾ ਮਾੜ ਕੇ ਸੁੰਬੇ ਨਾਲ ਫਿਰ ਟਿਊਚ ਲੱਗਦਾ ਹੁੰਦਾ ਵੈਲਡਿੰਗ ਨਾਲ ਐਂ ਇੱਕ ਪਾਸੇ ਲੱਗਿਆ ਹੋਣਾ ਟਿਊਚ ਉੱਧਰ ਲੱਗਿਆ ਦੂਏ ਪਾਸੇ ਦੱਬ ਲਵਲੀ ਉਹਨੂੰ ਕਾਂਡ ਕਰ ਦੇਣਾ ਕਾਂਡ ਟਰੈਕਟਰ ਨੇ ਕਾਂਡ ਕਰਿਆ ਇਹ ਜਾਣ ਦੇ ਮੁੰਡਿਆਂ ਨੇ ਪਾ ਕੇ ਕਰੋਸ ਨਵਾਂ ਚਲਾ ਦੇ ਲਵਲੀ ਜੀ ਭਰ ਦਿਓ ਟਰਾਲੀ ਆਪਣੇ ਚੱਲ ਰਹੀ ਆ ਤਾਂ ਮਸ਼ੀਨ ਆਹ ਕੁੱਪ ਵਧੀਆ ਇੱਥੇ ਸਾਢੇ ਚਾਰ ਟਰਾਲੀਆਂ ਪੈ ਗਈਆਂ ਇਹਦਾ ਫਾਇਦਾ ਰਹਿੰਦਾ ਆਇਆ ਨਾ ਕਿੰਨਾ ਨਜ਼ਾਰਾ ਵਧੀਆ ਵੀ ਲੱਗ ਰਿਹਾ ਨਾਲੇ ਸੋਹਣਾ ਵੀ ਲੱਗ ਰਿਹਾ ਕੁੱਪ ਲੱਗਿਆ ਹੋਇਆ ਵੀ ਹਾਂ ਕੁੱਪ ਲੱਗਿਆ ਹੋਇਆ ਗਾ ਬਾਬਿਓ ਆਪਣੇ ਮੋਟਰ 'ਤੇ ਕੰਮ ਨਿਬੜ ਚੁੱਕਿਆ ਹੁਣ ਅੱਗੇ ਮੋਟਰ 'ਤੇ ਆ ਚੁੱਕੇ ਹਾਂ ਸੋ ਹੁਣ ਉਹਨਾਂ ਨੇ ਚਲਾਈ ਜਾਣੀ ਆਪਾਂ ਟਰਾਲੀ ਖੋਲ੍ਹ ਕੇ ਚੱਲੀਏ ਲਓ ਜੀ ਤੂੜੀ ਦਾ ਨਿਬੜ ਗਿਆ ਬਾਬਿਓ ਆਪਾਂ ਬਰਸੀਨ ਵਾਲਾ ਥਾਂ ਬਾਹ ਰਹੇ ਹਾਂ ਮੱਕੀ ਕੜੀ ਆਪਣੀ ਬਰਸੀਨ ਵਾਲਾ ਥਾਂ ਬਾਹ ਰਹੇ ਹਾਂ ਦਸ ਦਸ ਦਾ ਸੈੱਟ ਪਾਇਆ ਹੋਇਆ ਸੋ ਆਪਾਂ ਖੇਤ ਪਹਿਨ ਕਰਤਾ ਬਾਹਤਾ ਸਵੇਰੇ 'ਚ ਬੀਜ ਦਿੰਦੇ ਕੁਛ ਐਨ ਤਸੱਲੀ ਕਰਾ ਦੀ ਖੇਤ ਦੀ ਪੂਰੀ ਬਾਕੀ ਸਵੇਰੇ ਰੋਟਾਵੀਟਰ ਨਾਲ ਇੱਕ ਵਾਰ ਵਾਹ ਦਾਂਗੇ ਜੀ ਬਾਬਿਓ ਅੱਜ ਵੀ ਸ਼ਾਮ ਹੀ ਪੈ ਗਈ ਅੱਜ ਵੀ ਸ਼ਾਮ ਹੀ ਲੇਟ ਹੀ ਹੋ ਗਏ ਜਾਣ 'ਤੇ ਸਵੇਰ ਦੇ ਕੰਮ 'ਤੇ ਲੱਗਿਆ ਸੀ ਵੈਕਸ ਹੁਣ ਛੱਤਰੀ ਲਵਾਉਣ ਚੱਲੇ ਹਾਂ ਦੇਖ ਲਓ ਸਰਹੰਦ ਬਾਬਿਓ ਪੂਰਾ ਐਂ ਰੌਣਕ ਮੇਲਾ ਤੈਨ ਫੁੱਲ ਆ ਆਪਾਂ ਟਰੈਕਟਰ ਲੈ ਕੇ ਪਹੁੰਚ ਗਏ ਇੱਧਰ ਬਾਈ ਹੋਰੀਆਂ ਨੇ ਟਰੈਕਟਰ ਦੇਖਿਆ ਯੂਪੀ ਦੇ ਨੇ ਬਾਈ ਹੋਰੀ ਹੈ ਦਰਬਾਰ ਸਾਹਿਬ ਮੱਥਾ ਟੇਕਿਆ ਆ ਬਸ ਠੀਕ ਆ ਬਾਈ ਹੋਰਾਂ ਨੇ ਸਪੈਸ਼ਲ ਗੱਡੀ ਰੋਕ ਕੇ ਆਪਾਂ ਨੂੰ ਮਿਲ ਕੇ ਗਏ ਨੇ ਯੂਪੀ ਯੂਪੀ ਕੇ ਯੂਪੀ ਕਿਹੜਾ ਜ਼ਿਲ੍ਹਾ ਪਿੱਲੀ ਭੀਤ ਠੀਕ ਹੈ ਨਾਨਕ ਮੱਤਾ ਸਾਹਿਬ ਲਾ ਗਏ ਠੀਕ ਹੈ ਠੀਕ ਹੈ ਆਓ ਜੀ ਬਾਬਿਓ ਯੂ ਲੱਗ ਗਿਆ ਬਸ ਨਟ ਘਸਣੇ ਰਹਿ ਗਏ ਯੂ ਕਰ ਦਿੱਤਾ ਬਸ ਨਟ ਲੱਗਣੇ ਰਹਿ ਗਏ ਉਹ ਬਾਅਦ ਛੱਤਰੀ ਛੱਤਰੀ ਤੋਂ ਬਾਅਦ ਆਪਾਂ ਜਾਂਦੇ ਹਾਂ ਛੱਤਰੀ ਲਵਾ ਕੇ ਦੇਖਦੇ ਹਾਂ ਜੇ ਕਿਸੇ ਜਿਹੀ ਲੁੱਕ ਨਿਕਲਦੀ ਆ ਕਿਸੇ ਜਿਹੀ ਬਣਾਈ ਆ ਛੱਤਰੀ ਉਹਨਾਂ ਨੇ ਵੈਸੇ ਛੱਤਰੀ ਮੈਂ ਦੁਪਹਿਰੇ ਦੇਖ ਗਿਆ ਸੀ ਬਹੁਤ ਸੋਹਣੀ ਬਣਾਈ ਤੀ ਪਰ ਮੈਂ ਵੀਡੀਓ ਨਹੀਂ ਬਣਾਈ ਯੂ ਇਹਦਾ ਉੱਚਾ ਕਰਾਇਆ ਸੀਗਾ ਦੇਖੋ ਕਿੰਨਾ ਉੱਚਾ ਯੂ ਆ ਆਓ ਜੀ ਬਾਬਿਓ ਆਪਾਂ ਪਹੁੰਚ ਗਏ ਇੱਧਰ ਆਪਣਾ ਸਮਾਨ ਵੀ ਰੈਡੀ ਹੋ ਚੁੱਕਿਆ ਕਹਿੰਦੇ ਨੈਵਰ ਅੰਡਰ ਐਸਟੀਮੇਟ ਐ ਫਾਰਮਰ ਔਨ ਵਿਦ ਏ ਟਰੈਕਟਰ ਲਓ ਜੀ ਗੱਲ ਬਣਾ ਦੀ ਭਾਜੀ ਪੂਰੀ ਬਹੁਤ ਮਿਹਨਤ ਲਾਈ ਆ ਕਹਿੰਦਾ ਜਗ ਬੁੱਝ ਕਰਦੀਆਂ ਲਾਈਟਾਂ ਛੱਤਰੀ ਤਾਂ ਆਪਣੀ ਅੱਜ ਲੱਗ ਗਈ ਅਤੇ ਡੈੱਕ ਕੱਲੂ ਕਹਿ ਰਹੇ ਨੇ ਵੀ ਕੱਲੂ ਪੇਟੀ ਬਣ ਕੇ ਆਊਗੀ ਜੇ ਪੇਟੀ ਆਈ ਨਹੀਂ ਬਣ ਕੇ ਜੱਟੋ
ਕਹਿੰਦੇ ਮੁੰਡੇ ਨੇ ਤਾਰ ਲਾ ਦਿੱਤੀ ਤੇ ਡਾਊਨ ਸੀਲਿੰਗ ਚਲਾਓ ਜੀ ਬਾਬੇ ਆਪਣੀ ਡਾਊਨ ਸੀਲਿੰਗ ਹੋ ਚੁੱਕੀ ਹੈ ਫੈਂਟ ਦੱਸੋ ਕਿਵੇਂ ਲੱਗੀ ਡਾਊਨ ਸੀਲਿੰਗ ਲਓ ਜੀ ਹੋ ਗਈ ਆਪਣੀ ਛੱਤਰੀ ਫਿੱਟ ਅਤੇ ਬਾਕੀ ਡੈੱਕ ਕੱਲੂ ਕਹਿੰਦੇ ਨੇ ਕੱਲੂ ਵੀ ਹੋ ਜਾਣਾ ਤਾਂ ਕੰਮ ਕਿਵੇਂ ਲੱਗੀ ਦੱਸਿਓ ਸਾਰੇ ਜਣੇ ਕਮੈਂਟਾਂ ਦੇ ਵਿੱਚ ਅਤੇ ਆਪਾਂ ਤੁਹਾਨੂੰ ਇਹਦਾ ਰੇਟ ਵੀ ਦੱਸਾਂਗੇ ਅਤੇ ਦੱਸਾਂਗੇ ਵੀ ਲੱਗਣੀ ਕਿੱਥੋਂ ਆਪਾਂ ਤੁਹਾਨੂੰ ਆਪਾਂ ਇਹ ਸਰਹੰਦ ਤੋਂ ਹੀ ਲਵਾਈ ਆ ਸੋ ਬਹੁਤ ਹੀ ਰੇਟ ਦਾ ਵੀ ਨਹੀਂ ਹੈਗਾ ਤੁਸੀਂ ਲਵਾ ਸਕਦੇ ਹੋ ਸਰਹੰਦ ਤੋਂ ਨੰਬਰ ਲਿਖੇ ਹੋਏ ਨੇ ਬਾਈ ਹੋਰਾਂ ਦੇ ਅਤੇ ਤੁਸੀਂ ਆ ਕੇ ਸਰਹੰਦ ਤੋਂ ਆਪਣਾ ਖਾਲਸਾ ਸਕੂਲ ਦੇ ਕੋਲੋਂ ਲਵਾ ਸਕਦੇ ਹੋ ਠੀਕ ਆ ਜੀ ਦੋਸਤੋ ਬਾਬੇ ਅੱਜ ਡਾਊਨ ਸੀਲਿੰਗ ਦਾ ਕੰਮ ਤਾਂ ਚਲੋ ਆਪਣਾ ਡਨ ਹੋ ਹੀ ਗਿਆ ਅਤੇ ਕਿਵੇਂ ਲੱਗੀ ਸਾਰੇ ਜਣੇ ਕਮੈਂਟਾਂ ਦੇ ਵਿੱਚ ਦੱਸਿਓ ਬਾਈ ਯਾਰ ਇਹ 'ਚ ਕਾਫੀ ਮੋੜ ਨਹੀਂ ਖੜ ਜਾਓ ਬਾਈ ਮਤਲਬ ਦੱਸੋ ਹੁਣ ਕਿਵੇਂ ਲੱਗੀ ਸੋ ਇਹਦਾ ਜਿਹੜੇ ਅੰਗਰੇਜ਼ੀ 'ਚ ਲਿਖਾਇਆ ਹੋਇਆ ਇਹਦਾ ਮਤਲਬ ਇਹ ਹੈ ਵੀ ਜੱਟ ਨੂੰ ਕਦੇ ਵੀ ਘੱਟ ਨਾ ਸਮਝੋ ਜਦੋਂ ਉਹ ਟਰੈਕਟਰ ਦੇ ਉੱਤੇ ਬੈਠਾ ਹੁੰਦਾ ਇਹਦਾ ਇਹ ਮਤਲਬ ਆ ਪੰਜਾਬੀ ਦੇ ਵਿੱਚ ਸੋ ਕੰਟਰੋਲ ਨੇ ਸਾਰੇ ਇਹਦਾ ਬੰਦ ਹੋ ਗਿਆ ਆਹ ਬੰਦ ਹੋ ਗਿਆ ਆਹ ਬੰਦ ਹੋ ਗਿਆ ਆਹ ਬਾਹਰ ਬੰਦ ਹੋ ਗਿਆ ਬਾਹਰ ਥੱਲੇ ਨੂੰ ਹੋਣੇ ਵਾਲੀ ਹੈ ਥੋੜ੍ਹੀ ਜਿਹੀ ਗੱਡੀ ਇਹਦੇ ਪਰ ਬਾਹਰ ਚਲੋ ਬਾਕੀ ਦੇਖਦੇ ਹਾਂ ਕੱਲ੍ਹ ਨੂੰ ਕਹਿ ਤਾਂ ਰਹੇ ਹਾਂ ਸਿਸਟਮ ਲੱਗ ਜਾਊਗਾ ਉਹ ਸਿਸਟਮ ਤੋਂ ਬਾਅਦ ਫਿਰ ਇਹਦੇ ਹੌਲੀ ਹੌਲੀ ਟਾਇਰ ਵਾਲਾ ਕਰ ਦੇਣਾ ਆਪਾਂ ਉਹ ਕਰੀ ਜਾਣਾ ਹੁਣ ਇਹਦਾ ਕਰ ਦੇਣਾ ਰੈਡੀ ਇਹਨੂੰ ਵਿਦਿਨ ਵਨ ਵੀਕ ਮਸ਼ੀਨ ਖੜਾ ਦੀ ਹੈ ਜੋਰੋ ਨਾ ਲਵਲੀ ਬਾਈ ਉੱਠੋ ਨਾ ਉੱਠੋ ਨਾ ਇਹ ਉਹੀ ਹੈ ਪਿਛਲੇ ਵਲੌਗ ਵਾਲਾ ਲਓ ਜੀ ਮਸ਼ੀਨ ਲਿਆ ਕੇ ਖੜਾਤੀ ਪੱਟੂਆਂ ਨੇ ਕੈਸੀ ਟੁੱਟ ਗਿਆ ਹੈ ਪਤਾ ਨਹੀਂ ਕੀ ਕਹਿੰਦੇ ਹੁਣ ਟੁੱਟ ਗਿਆ ਉਹ ਤਾਂ ਆ ਪਿਆ ਅੱਜ ਨਵਾਂ ਆ ਪਿਆ ਤੀ ਨਵਾਂ ਛੱਡਦਾ ਕਿਤੇ ਟਰੈਕਟਰ ਐਡਾ ਤਕੜਾ ਕਿਸਕੋ ਬਤਾ ਰਹੇ ਇਹ ਲੋਗੋ ਕੋ ਬਤਾ ਰਹੇ ਹੈ ਵੀ ਇਹ ਟੁੱਟ ਗਿਆ ਥਾ ਦੇਖੋ ਤੁਮ ਵੀ ਵਿਚਾਰ ਰਹੇ ਹੋ ਕਹਿੰਦਾ ਕਿਸਕੋ ਬਤਾ ਰਹੇ ਹੋ ਮੈਂ ਕਿਹਾ ਲੋਗੋ ਕੋ ਬਤਾ ਰਹੇ ਹੈ ਚਲੋ ਜੀ ਓਕੇ ਬਾਬੇ ਉਹ ਇੰਨਾ ਕੁ ਬਲੌਗ ਸੀ ਬਲੌਗ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਕਿੰਨੀ ਮਿਹਨਤ ਲੱਗਦੀ ਹੈ ਬਾਬੇ ਬਲੌਗ ਬਣਾਉਣ ਦੇ ਵਿੱਚ ਸੋ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ